नाम है धर्मेंद्र सिंह जी। भाई जी। हाँ सब अपने आया पर बचत रह गया कि मैं एक मौका होया कि कितों की अरे बरात भाई आई। जी, अज मैरिज सी पिंड ठीकरीवाल तो, ते कुड़ी सी रले दी, इतने अज मैरिज सी, बस एक तरह रब नहीं रखे। किमें बपरे आता कि कारण बनया भाई जी तो अचानक ही पता ही नहीं लगे। नहीं पड़े। हाँ जी कितों असि के हाँ सब बपरेगा। हादसा तो भाई बहुत बड़ा सी, मान के चलो एक तरह आया सी, जिवें जहाज डिग्गिया हुंदा उत्ते एकदम कुछ भी नहीं दिखा भाई, 15-20 मिनट दा ही पता लगा भी की कुछ हो गया। असि रात भी इत्थे ही सी, मान के चलो असि कुड़ियां वाले बंदे सी, तैयारी वैरी करदे सी, ते सवेरे सारा कुछ अंदर वेटर वूटर सारे माइयां भी सी अंदर ही संभरी जांदियां सी मौके ते, मौके ते मान के चलो भी एकदम ही डिग्गिया है अचानक। 2 सेकंडा के बीच भाई ये हादसा वापर गया। ये मान के चल भी 2-3 मुंडे हैगे जिहड़े मौके ते थल्ले सी, एकदम निकल गए स्पीड नाल, बंदे तेज सी खर, ते मान के चलो भी रख ले भाई परमात्मा ने, जे कितने 11-12 बजे कितने चलते प्रोग्राम के विच डिग पे होंदा तो देख लो भी 300-400 बंदा तो मरी जाता भाई। मूल की गल सी भी बहुत, हले भी रब ने रख ले भाई, भी हले तक कोई जानी नुकसान नहीं होया। ਕਿਹੜੇ ਪਿੰਡੋਂ ਬਰਾਤ ਸੀ ਤੇ ਕਿੱਥੋਂ? ਬਰਾਤ ਵੀਰੇ ਠਿਕਰੀਵਾਲ ਤੋਂ ਆਉਣੀ ਸੀ ਤੇ ਰੱਲੇ ਪਿੰਡੋਂ ਮੰਨ ਕੇ ਚਲੋ ਕੁੜੀ ਸੀ, ਤੇ ਅਸੀਂ ਇੱਥੇ ਬਸ ਮੂਹਰੇ ਸਮਾਨ ਤਿਆਰ ਕਰਦੇ ਸੀ, ਕੱਲ੍ਹ ਦੇ ਆਏ ਹੋਏ ਅਸੀਂ ਸ਼ਾਮ ਨੂੰ, ਰਾਤ ਇਹਦੇ ਅੰਦਰ ਹੀ ਪਏ ਸੀ ਬਈ ਪੈਲਸ ਦੇ ਵਿੱਚ, ਅਸੀਂ ਸੁੱਤੇ ਪਏ ਮੰਨ ਕੇ ਜੋ ਸੌਣ ਲੱਗੇ ਨਾ ਉਦੋਂ ਵੀ ਅਸੀਂ ਕਹੀ ਗਏ ਵੀ ਯਾਰ ਪੈਲਸ ਦੀ ਹਾਲਤ ਬਹੁਤ ਗੰਭੀਰ ਆ, ਵਿੱਚ ਵਿੱਚ ਟਾਂਕੇ ਲਾ ਕੇ ਮੰਨ ਕੇ ਸਿਸਟਮ ਤਾਂ ਤੋਂ ਜੋੜਿਆ ਹੋਇਆ ਸੀ, ਸਾਨੂੰ ਐਂ ਲੱਗੇ ਵੀ ਯਾਰ ਸੂਰਿਆ ਪੈਲਸ ਵਾਂਗੂ ਕਿਤੇ ਇਹ ਵੀ ਨਾ ਡਿੱਗ ਪਏ। ਸਵੇਰੇ ਬਸ ਆ ਬਈ ਹਾਦਸਾ ਵਾਪਰੀ ਗਿਆ, ਮੰਨ ਕੇ ਚਲੋ ਜੇ ਮੰਨ ਕੇ ਚਲੋ 11-12 ਵਜੇ ਹਾਦਸਾ ਵਾਪਰਦਾ ਤਾਂ ਬਈ ਪੋਜੀਸ਼ਨ ਹੋਰ ਹੋਣੀ ਸੀ, 300-400 ਬੰਦਾ ਤਾਂ ਵੀ ਮੂਲ ਹੀ ਮਰਦਾ। ਹੁਣ ਕੋਈ ਖਬਰ ਤਾਂ ਨਹੀਂ ਨਾ ਵੀਰੇ, ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਬਸ ਇਹਨੇ ਕਹਿਣਾ ਵੀ ਹੋਰ ਵੀ ਆਪਾਂ ਇਹ ਕਹਿਣਾ ਬਈ ਜਿੰਨੇ ਪੈਲਸ ਨੇ ਪੁਰਾਣੇ, ਡੀਸੀ ਸਾਹਿਬ ਨੂੰ ਇਹੀ ਬੇਨਤੀ ਆ ਵੀ ਮੰਨ ਕੇ ਚਲੋ ਵੀ ਜਿੰਨੇ ਪੁਰਾਣੇ ਪੈਲਸ ਨੇ ਇਹਨਾਂ ਬਈ ਇਹਨਾਂ ਤੇ ਕਸ ਹੋਣਾ ਚਾਹੀਦਾ, ਇਹਨਾਂ ਦੀਆਂ ਇਮਾਰਤਾਂ ਢਾ ਕੇ ਦੁਬਾਰੇ ਬਣਵਾਉਣੀਆਂ ਚਾਹੀਦੀਆਂ ਨੇ। ਪਹਿਲੀ ਗੱਲ ਤਾਂ ਬਈ ਵਿੱਚ ਬਥੇਰੇ ਨੇ, ਇੱਥੇ ਲਵੇ ਲਵੀ ਨੇ ਪੈਲਸ ਜਿਹੜੇ ਪੁਰਾਣੇ ਨੇ, ਅੱਜ ਤੋਂ ਘੱਟੋ ਘੱਟ 25-35 ਇੰਨੇ ਇੰਨੇ ਸਾਲ ਪੁਰਾਣੇ ਬਈ ਪੈਲਸ ਬਣੇ ਹੋਏ ਨੇ। ਗਰੀਬ ਬੰਦੇ ਨੂੰ ਭਾਈ ਸਰਦਾ ਨਹੀਂ, ਛੋਟੇ ਮੰਨ ਕੇ ਚੱਲੋ ਵੱਡੇ ਤਾਂ ਵੱਧ ਪੈਸੇ ਮੰਗਦੇ ਨੇ ਤੇ ਆਪਣੇ ਛੋਟਿਆਂ ਨੂੰ ਉਹੋ ਜਿਹਾ ਕਰਨਾ ਪੈਂਦਾ ਗਾ, ਇਸ ਕਰਕੇ ਆਪਾਂ ਤਾਂ ਇਹ ਕਹਿੰਦੇ ਵੀ ਇਹਨਾਂ ਦੇ ਬਿਲਡਿੰਗਾਂ ਦਵਾਈਆਂ ਬਣਾਈਆਂ ਜਾਣ, ਨਹੀਂ ਤਾਂ ਵੀ ਨੁਕਸਾਨ ਤਾਂ ਫਿਰ ਬਹੁਤ ਜ਼ਿਆਦਾ ਹੋਣਗੇ, ਇਸ ਤੋਂ ਬਾਅਦ ਵੀ ਹੋਣਗੇ ਬਈ। ਧੰਨਵਾਦ ਜੀ। ਕੀ ਨਾਮ ਹੈ? ਮੇਰਾ ਨਾਮ ਹਰਤੇਜ ਸਿੰਘ ਹੈ ਜੀ। ਹਰਤੇਜ ਜੀ, ਅੱਜ ਜਿਹੜਾ ਪੈਲਸ ਲਿਖਿਆਗਾ ਤੁਹਾਡੀ ਬੁਕਿੰਗ ਸੀ? ਹਾਂਜੀ, ਸਾਡੇ ਬੇਟੇ ਦਾ ਵਿਆਹ ਸੀਗਾ ਜੀ ਤੇ ਉਹਦੀ ਬੁਕਿੰਗ ਸੀਗੀ ਅੱਜ ਇੱਥੇ, ਤੇ ਪਰ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆਂਗੇ ਵੀ ਇੱਥੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਜੋ ਇਹਨਾਂ ਦਾ ਮਾਲੀ ਨੁਕਸਾਨ ਹੋਇਆ ਤਾਂ ਚਲੋ ਠੀਕ ਆ, ਪਿਛਲੇ ਸਾਰੇ ਨਹੀਂ, ਪਰ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਆਂ ਵੀ ਕੋਈ ਵੀ ਮਤਲਬ ਕਿਸੇ ਜਾਨੀ ਨੁਕਸਾਨ ਨਹੀਂ ਹੋਇਆ, ਕੋਈ ਕਿਸੇ 'ਤੇ ਸੱਟ ਫੇਟ ਨਹੀਂ ਵੱਜੀ, ਤੇ ਜਾਣੀ ਦੀ ਅਸੀਂ ਇਸ ਗੱਲੋਂ ਵੀ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੇ ਆਂ ਵੀ ਜੋ ਕੋਈ ਨੁਕਸਾਨ ਹੁਣ ਉਹ ਬਚ ਗਿਆ ਸਾਡਾ। ਜੋ ਡਿੱਗਿਆ ਪੈਲਸ ਤੁਸੀਂ ਇੱਥੇ ਮੌਜੂਦ ਸੀ? ਨਹੀਂ, ਸਾਡੇ ਦੂਸਰੇ ਬੰਦੇ ਸੀਗੇ ਸੀ, ਸਾਨੂੰ ਜਦੋਂ ਪਤਾ ਲੱਗਿਆ ਵੀ ਆਹ ਗੱਲ ਹੋਈ, ਅਸੀਂ ਹੁਣੀ ਆਏ ਹਾਂ, ਹੁਣੀ ਆ ਕੇ ਸਾਰੇ ਬੰਦੇ ਨੂੰ ਮਿਲੇ ਹਾਂ ਅਸੀਂ ਆਪਣਿਆਂ ਨੂੰ, ਤੇ ਜੋ ਇੱਥੇ ਵੇਟਰ ਵਗੈਰਾ ਸੀਗੇ ਉਹਨਾਂ ਨੂੰ ਵੀ, ਉਹ ਕਹਿੰਦੇ ਵੀ ਸਾਰੇ ਬੰਦੇ ਬਾਹਰ ਨਿਕਲ ਗਏ। ਨੇਕ ਸਿੰਘ ਮੇਰਾ ਨਾਮ ਆ ਜੀ। ਅਸੀਂ ਇੱਥੇ ਅਸੀਂ ਲੇਬਰ ਦਾ ਸਟਾਫ ਕੰਮ ਕਰਦਾ ਸੀਗਾ ਜੀ ਇੱਥੇ। ਚਲੋ ਪਰਮਾਤਮਾ ਨੇ ਹਲੇ ਵੀ ਬਹੁਤ ਬਚਤ ਰੱਖਦੀ ਵੀ ਸੁਬਾਹ ਸੁਬਾਹ ਚਲੋ ਇਹੋ ਜਿਹਾ ਕੋਈ ਚੱਲਦੇ ਪ੍ਰੋਗਰਾਮ ਦੇ ਵਿੱਚ ਹਾਦਸਾ ਵਾਪਰ ਜਾਂਦਾ, ਬਹੁਤ ਨੁਕਸਾਨ ਹੋਣਾ ਸੀਗਾ ਵੀ ਚਲੋ ਹਲੇ ਵੀ ਮਾਲਕ ਨੇ ਸਤਿਗੁਰ ਨੇ ਬੇਨਤੀ ਵਿੱਚ ਵਧੀਆ ਵੀ ਹਲੇ ਵੀ ਜਿਹੜਾ ਸੁਬਾਹ ਸੁਬਾਹ ਦੇ ਟਾਈਮ ਤੇ ਇਹੋ ਜਿਹਾ ਹਾਦਸਾ ਹੋ ਗਿਆ ਕੁਦਰਤੀ ਵਾਲਾ, ਨਹੀਂ ਤਾਂ ਨੁਕਸਾਨ ਬਹੁਤ ਜ਼ਿਆਦਾ ਹੋ ਜਾਣਾ ਸੀਗਾ। ਚੱਲਦੇ ਪ੍ਰੋਗਰਾਮ ਦੇ ਵਿੱਚ ਬਹੁਤ ਨੁਕਸਾਨ ਹੋ ਜਾਂਦਾ, ਦੁਨੀਆ ਦਾ ਪਤਾ ਨਹੀਂ ਕਿੰਨੇ ਕਿੱਥੇ ਆਵਾਜਾਈ ਦੇ ਵਿੱਚ ਕਿੰਨੇ ਕੁ ਲੋਕਾਂ ਦਾ ਨੁਕਸਾਨ ਹੋਣੇ, ਪਰਿਵਾਰ ਵੀ ਖਤਮ ਹੋ ਸਕਦੇ ਸੀ, ਬੱਚੇ ਲੈ ਕੇ ਆਉਂਦੇ ਲੋਕ ਆਪਣੇ ਪੂਰਾ ਪਰਿਵਾਰ ਆਉਂਦਾ ਜੀ, ਇਸੇ ਕਰਕੇ ਵੀ ਚਲੋ ਮਾਲਕ ਨੇ ਹਲੇ ਵੀ ਬਚਤ ਰੱਖੀ, ਜਾਨੀ ਨੁਕਸਾਨ ਤੋਂ ਬਚਾ ਰਹੇ, ਜਾਨੀ ਨੁਕਸਾਨ ਤੋਂ ਬਹੁਤ ਬਚਤ ਰਹੇਗੀ ਜੀ, ਹਲੇ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਕੋਈ ਹੋਇਆ ਨਹੀਂ ਗਾ ਜੀ, ਜਾਨੀ ਨੁਕਸਾਨ ਬਿਲਕੁਲ ਸੇਫ ਆ ਜੀ ਸਾਰੀ। ਚਲੋ ਓਕੇ ਰਾਣੀ ਜੀ, ਅੱਜ ਪੈਲਸ ਟਿਕਿਆ ਤਾਂ ਇੱਥੇ ਸੀਗਾ? ਹਾਂਜੀ ਇੱਥੇ ਸੀਗੇ। ਘਬਰਾਏ ਵੀ ਹੋਏ ਹੋ ਕੀ ਕਹੋ? ਹਾਂਜੀ ਅੰਦਰੋਂ ਨਿਕਲ ਕੇ ਆਈ ਸੀ ਭੱਜ ਕੇ ਜਵਾਕਾਂ ਦੇ ਮਗਰ, ਮੈਂ ਤਾਂ ਬੋਲਿਆ ਹੀ ਨਹੀਂ ਜਾਂਦਾ ਜੀ, ਜਦੋਂ ਅੰਦਰੋਂ ਬਾਹਰ ਨਿਕਲ ਕੇ ਆਏ ਮੈਂ ਚੰਗਿਆੜਾ ਮਾਰਨ ਲੱਗ ਗਈ, ਮੈਂ ਸਾਰੇ ਅੰਦਰ ਨਹੀਂ ਗਏ, ਅਸੀਂ ਅੰਦਰ ਕੰਮ ਕਰਦੇ ਸੀ। ਦੇਖ ਦਿਓ ਕਿਤੇ ਨਾ ਕਿਤੇ ਜਿਹੜਾ ਬਚਾ ਰਹਿ ਗਿਆ। ਹਾਂਜੀ ਮਹਾਰਾਜ ਨੇ ਸਾਨੂੰ ਹੱਥ ਦੇ ਕੇ ਰੱਖਤਾ ਜੀ।